ਇੱਥੋਂ ਦੇ ਵਸਨੀਕ ਜੱਦੀ ਪਿੰਡ ਹੈ ਤੁਹਾਡਾ? ਮੇਰਾ ਜਨਮ ਭੂਮੀ ਹੈ ਇੱਥੇ। ਜਨਮ ਭੂਮੀ ਹੈ ਤੇ ਫਿਰ ਬਾਹਰ ਕਿਦੋਂ ਫੈਮਿਲੀ ਤੇ ਕੀ ਬਾਹਰ ਦਾ? ਮੈਂ ਲਗਭਗ ਫੈਮਿਲੀ ਸਾਡੀ ਸਾਰੀ ਬਾਹਰ ਆ ਜੀ। ਮੇਰੇ ਫਾਦਰ ਹੋਣੀ 6 ਬ੍ਰਦਰ ਸੀਗੇ। ਅੱਛਾ ਜੀ। ਤੇ ਉਹ 5 ਬੜੇ ਅਰਲੀ ਦੇ ਉੱਥੇ ਇੰਗਲੈਂਡ ਦੇ ਵਿੱਚ ਸੈਟਲ ਆ ਸਾਰੀ ਫੈਮਿਲੀ। ਅੱਛਾ। ਤੇ ਮੇਰਾ ਫਾਦਰ ਇੱਥੇ ਸੀਗਾ ਤੇ ਮੈਂ ਵੀ ਇੱਥੇ ਸੀ। ਮੈਂ ਫਿਰ 1988 'ਚ ਮੈਂ ਚਲੇ ਗਿਆ ਸੀ ਕੈਨੇਡਾ ਜਾਂ ਇੰਗਲੈਂਡ? ਨਹੀਂ, ਪਹਿਲਾਂ ਮੈਂ ਅਮਰੀਕਾ ਗਿਆ ਸੀ, ਉੱਥੋਂ ਮੈਂ ਕੈਨੇਡਾ ਆ ਗਿਆ। ਓਕੇ। ਹਾਂਜੀ। ਕੈਨੇਡਾ ਕਿਹੜੀ ਸਾਈਡ ਰਹਿ ਰਹੇ ਆਪਣੀ ਫੈਮਿਲੀ? ਕੈਨੇਡਾ ਮੈਂ ਆਪਣੇ ਅੰਟੇਰੀਓ ਤੋਂ 100 ਕਿਲੋਮੀਟਰ ਦੂਰ ਕੈਂਬਰਿਜ ਟਾਊਨ ਹੈ। ਕੈਂਬਰਿਜ ਹੈਗਾ ਜੀ। ਹਾਂ, ਕਿਚਨਰ ਕੈਂਬਰਿਜ। ਹਾਂਜੀ, ਕਿਚਨਰ ਮੈਂ ਜਾ ਕੇ ਆਇਆ। ਉੱਥੇ ਰਹਿੰਦੇ ਹਾਂ। ਅੱਛਾ ਅੱਛਾ। ਕਿਚਨਰ ਦੇ ਲਾਗੇ ਤੁਹਾਡੇ, ਮੈਂ ਇੱਕ ਉਹ ਦੇਖ ਕੇ ਆਇਆ ਸੀ, ਪੁਰਾਣੇ ਗੋਰਿਆਂ ਦਾ ਪਿੰਡ ਜਿਹਾ ਵਸਿਆ। ਹਾਂ ਹੈਗਾ, ਜਿਹੜੇ ਉਹ ਮਾਰਕੀਟ ਲੱਗਦੀ ਉਹਨਾਂ ਦੀ। ਐਗਜੈਕਟਲੀ, ਉਹਨਾਂ ਨੂੰ ਅਮਿਸ਼ ਪੀਪਲ ਵੀ ਕਹਿੰਦੇ। ਹਾਂਜੀ, ਅਮਿਸ਼ ਪੀਪਲ। ਹਾਂਜੀ। ਤੇ ਮੈਂ ਹੁਣ ਤੁਹਾਨੂੰ, ਤੁਸੀਂ 88 'ਚ ਗਏ ਤੇ ਫਿਰ ਵਾਪਸੀ ਕਦੋਂ ਹੋਈ? ਮੈਂ ਲਗਭਗ 2014 'ਚ ਫਿਰ ਅਸੀਂ ਆਉਣ ਲੱਗ ਪਏ, 16 'ਚ ਫਿਰ ਐਗਜੈਕਟਲੀ ਅਸੀਂ ਮੈਂ ਵਾਪਸ ਆ ਗਏ। ਜਾਣੀ ਕਿ ਤੁਹਾਨੂੰ ਵਾਪਸ ਆਉਣ ਦਾ ਕੀ ਵੈਦਰ ਸੂਟ ਜਾਂ ਕੋਈ ਕਾਰਨ? ਵੈਦਰ ਤਾਂ ਇੱਥੇ ਦਾ ਹੈਗਾ ਹੀ ਵਧੀਆ। ਹਾਂਜੀ। ਇਹ ਮੈਂ ਚਲੋ ਆਸਟ੍ਰੇਲੀਆ ਸਾਈਡ ਤੋਂ ਮੈਂ ਨਹੀਂ ਗਿਆ ਕਦੇ, ਇਹਦਾ ਨਾਮ ਮੈਨੂੰ ਪਤਾ ਹੀ। ਹਾਂਜੀ ਹਾਂਜੀ। ਅਤੇ ਜਿਹੜਾ ਕੈਨੇਡਾ ਅਮਰੀਕਾ ਦਾ ਜਾਂ ਯੂਰੋਪੀਅਨ ਕੰਟਰੀ ਦਾ ਵੈਦਰ ਆ, ਉਹ ਇਸ ਪੰਜਾਬ ਦੇ ਵੈਦਰ ਨੂੰ ਕੰਪੀਟ ਨਹੀਂ ਕਰ ਸਕਦਾ ਜੀ ਕਿਸੇ ਵੀ। ਇੱਥੇ ਜਿੱਦਾਂ ਕਹਿੰਦੇ ਉੱਥੇ 4 ਉਤਾਂ, ਇੱਥੇ 5 ਆਉਂਦੀਆਂ। ਬਿਲਕੁਲ। ਅਤੇ ਇਹ ਤਾਂ ਕੰਪੀਟ ਨਹੀਂ ਕਰ ਸਕਦਾ। ਅਤੇ ਤੁਸੀਂ ਪਹਿਲਾਂ ਪਸ਼ਤੈਨੀ ਡੈਰੀ ਦਾ ਧੰਦਾ ਸੀ ਤਾਂ ਕਿ ਡੈਰੀ ਕੀਤਾ, ਜਾਂ ਤੁਸੀਂ ਡੈਰੀ ਨੂੰ ਕਿਉਂ ਚੂਜ਼ ਕੀਤਾ? ਨਹੀਂ, ਦਰਅਸਲ ਪਸ਼ਤੈਨੀ ਨਹੀਂ, ਆਮ ਅਸੀਂ ਜ਼ਿਮੀਦਾਰ ਦੇ ਘਰਾਂ ਦੇ ਬੰਦੇ ਹਾਂ। ਹਾਂਜੀ ਹਾਂਜੀ। ਆਮ ਪਸ਼ੂ ਹੁੰਦੇ ਹੀ ਆ। ਹਾਂ, ਮੋੜ ਬੇਸਿਕ ਤਾਂ ਸਾਰਿਆਂ ਨੂੰ ਮਾੜਾ ਮੋਟਾ ਪਤਾ ਹੀ ਹੁੰਦਾ ਵੀ ਕੀ ਹੈਗਾ ਡੇਅਰੀ ਦੇ ਵਿੱਚ, ਕੀ ਹੈ ਨਹੀਂ। ਜੀ ਜੀ। ਪਰ ਇਹ ਫਿਰ ਸੀਗਾ, ਅਸੀਂ ਕੀਤਾ ਸਟਾਰਟ, ਇਹ ਮੈਂ ਤੇ ਮੇਰਾ ਬ੍ਰਦਰ ਇਨ ਲਾ ਸੀ, ਦੋਨੋਂ ਪਾਰਟਨਰ ਆ ਜੀ। ਉਹਦਾ ਇੱਥੇ ਪਿੰਡ ਲਾਗੇ ਇਹ ਬਣਿਆ ਜੀ ਜੀ। ਤੇ ਇਹ ਜ਼ਮੀਨ ਸਾਡੀ ਆ, ਜਿੱਦਾਂ ਇੱਥੇ ਖਾਨੋਵਾਲ ਦੀ ਸਾਡੀ ਜੱਦੀ ਜਾਇਦਾਦ ਜੀ ਜੀ। ਤੇ ਸੀਗਾ ਵੀ ਸਾਡੇ ਬੱਚੇ ਇੱਧਰ ਆਉਂਦੇ ਜਾਂਦੇ ਰਹਿਣਗੇ ਜੀ ਜੀ। ਆਇਸ ਕਰਕੇ ਥੋੜ੍ਹਾ ਜਿਹਾ ਅਸੀਂ ਆਏ ਸੀਗੇ ਜੀ। ਤੇ ਉੱਧਰ ਚਲੋ ਠੀਕ ਹੈ, ਰੋਟੀ ਪਾਣੀ ਮਿਲੀ ਜਾਂਦਾ ਹੈ। ਇੱਥੇ ਹੁਣ ਜਿਹੜਾ ਡੈਰੀ ਆ ਮੇਨ ਤੁਹਾਡਾ, ਨਾਂ ਕੀ ਡੈਰੀ ਦਾ, ਪ੍ਰੋਡਕਟ ਦਾ ਕੀ? ਮੇਰਾ ਡੇਅਰੀ ਦਾ ਨਾਮ ਪਿਓਰ ਡੇਅਰੀ ਕਿੰਗਸ ਪ੍ਰਾਈਵੇਟ ਲਿਮਿਟਿਡ ਹੈ ਜੀ। ਓਕੇ। ਹਾਂਜੀ, ਪਿਓਰ ਡੇਅਰੀ ਤੋਂ ਆਪ ਇਹ ਗੂਗਲ ਤੇ ਵੀ ਤੁਸੀਂ ਸਰਚ ਕਰੋ, ਤੁਹਾਨੂੰ ਮਿਲ ਜਾਊਗਾ। ਤੇ ਪਰ ਗੂਗਲ ਦੇ ਉੱਤੇ ਪਸਾਨ, ਇਹ ਅਸਲ ਦੇ ਵਿੱਚ ਪਹਿਲੀ ਜਿਹੜੀ ਪਸਨ ਪਿੰਡ ਦੇ ਵਿੱਚ ਵੀ ਆਉਂਦੀ ਹੈ, ਤੇ ਇਹ ਪਸਾਨ PASSAN ਦੇ ਨਾਲ ਇਹ ਗੂਗਲ ਤੋਂ ਨਿਕਲਿਆ ਹੁੰਦਾ। ਹਾਂਜੀ। ਤੇ ਇੱਥੇ ਜਿਹੜਾ ਤੁਹਾਡਾ, ਜਦੋਂ ਤੁਸੀਂ ਡੇਅਰੀ ਫਾਰਮ ਦੀ ਜਿਹੜੀ ਖਾਸ ਤੌਰ ਤੇ ਜਿਹੜੀ ਪ੍ਰੋਬਲਮ ਆਉਂਦੀ ਹੈ, ਭਾਵੇਂ ਦੁੱਧ ਦੀ ਤਾਂ ਹੁਣ ਨਹੀਂ ਆਉਂਦੀ ਕਿਉਂਕਿ ਦੁੱਧ ਦੀ ਸ਼ੋਰਟੇਜ ਹੀ ਆ, ਪਰ ਤੁਹਾਡੀ ਮਾਰਕੀਟਿੰਗ ਫਿਰ ਕਿਵੇਂ ਆ? ਤੁਸੀਂ ਪ੍ਰਾਈਵੇਟ ਕਰਦੇ ਹੋ ਜਾਂ ਕੰਪਨੀ ਨਾਲ ਹੋ ਜਾਂ ਕਿਵੇਂ? ਮੈਂ ਪ੍ਰਾਈਵੇਟ ਥੋੜ੍ਹਾ ਹੀ ਕਰਦਾ ਤਾਂ ਮੈਂ ਹੈਗਾ, ਜਿੱਦਾਂ ਉਹ 5-6 ਕੁਇੰਟਲ ਦਾ ਹੀ ਕਰਦਾ, ਬਾਕੀ ਦਾ ਸਾਰਾ ਜਿਹੜਾ ਉਹ ਨੈਸਲੇ ਕੰਪਨੀ, ਉਹਨਾਂ ਦਾ ਟੈਂਕਰ ਆਉਂਦਾ, ਉਹ ਦੁੱਧ ਲੈ ਜਾਂਦਾ। ਅੱਛਾ, ਤੇ ਨੈਸਲੇ ਨਾਲ ਹੀ ਕਰਦੇ? ਨੈਸਲੇ ਦੇ ਨਾਲ ਜ਼ਿਆਦਾ ਉਹਨਾਂ ਦਾ। ਅਤੇ ਇਹ ਹੁਣ ਕਿੰਨੇ ਕੁ ਪਸ਼ੂ ਆ ਰੱਖੇ ਹੋਏ ਅਤੇ ਕੀ? ਮੇਰੇ ਕੋਲ 220 ਕੁ ਪਸ਼ੂ ਆ, ਛੋਟੇ ਵੱਡੇ ਪਾ ਕੇ ਜੀ ਜੀ ਟੋਟਲ ਸਾਰੇ। ਅਤੇ ਟੈਕਨੀਕ ਕੋਈ ਕੈਨੇਡਾ ਤੋਂ ਕੋਈ ਟੈਕਨੀਕ ਲਈ ਉੱਥੋਂ? ਇਹ ਟੈਕਨੀਕ ਤਾਂ ਲਈ ਵੀ ਹੈਗੀ ਆ ਜਿੱਦਾਂ, ਪਰ ਇੱਥੇ ਵੀ ਬੜੇ ਸ਼ਾਨਦਾਰ ਫਾਰਮ ਆ ਤੁਹਾਨੂੰ ਪੰਜਾਬ ਦੇ ਵਿੱਚ ਮਿਲ ਜਾਣਗੇ। ਅਤੇ ਪਰ ਸਾਡਾ ਉਦੋਂ ਮੋਟਿਵ ਸੀਗਾ ਕਿ ਲੇਬਰ ਨੂੰ ਕਿਵੇਂ ਘਟਾਇਆ ਜਾਵੇ। ਇਹ ਜਿਹੜਾ ਆਪਣਾ ਫਾਰਮ ਆ ਫੁੱਲੀ ਆਟੋਮੈਟਿਕ ਫਾਰਮ ਆ, ਇਹਦੇ ਵਿੱਚ ਲੇਬਰ ਦਾ ਕੋਈ ਐਡਾ ਖਾਸ ਹੈਗੇ ਆ, ਇਹ ਤਾਂ ਹੈ ਲੇਬਰ ਤੋਂ ਬਗੈਰ ਕੰਮ ਕੋਈ ਚੱਲਦਾ ਹੀ ਨਹੀਂ ਜੀ ਜੀ। ਪਰ 5-6 ਬੰਦੇ ਮੇਰੇ ਸਾਰੇ ਫਾਰਮ ਨੂੰ ਕਰੀ ਸਕਦੇ ਜੀ। ਸੋ ਇਹਦੇ ਦੋ ਹਿੱਸੇ, ਇਹ ਜਿੱਦਾਂ ਸ਼ੈੱਡ ਆਪਣੀ ਆ ਲਗਭਗ 240 ਫੁੱਟ ਲੰਮੀ ਆ। ਹਾਂਜੀ। ਤੇ ਲਗਭਗ 220 ਫੁੱਟ ਚੌੜੀ ਆ ਕੱਚਾ ਪਾ ਕੇ ਜੀ ਜੀ। ਤੇ ਇਹ ਸੋਰੀ, ਤੇ ਜਿੱਦਾਂ ਇਹ ਆਪਣੇ ਕਿਊਬੀਕਲ ਲੱਗੇ ਹੋਏ ਆ ਸਾਰੇ। ਹਾਂਜੀ। ਇਹ ਹੈਡਲੌਕ ਵੀ ਲੱਗੇ ਹੋਏ ਆ, ਇਹ ਕੂਲਿੰਗ ਸਿਸਟਮ ਹੈ ਇਹਨਾਂ ਦਾ, ਉਹ ਪਰੇ ਫੈਨ ਆ ਜੀ ਜੀ। ਇਹ ਸਾਰਾ ਹੀ ਆਟੋਮੇਸ਼ਨ ਦੇ ਵਿੱਚ ਆ, ਬਟਨ ਵੈਦਰ ਦੇ ਨਾਲ ਹੀ ਸਾਰਾ ਆਪੇ ਚੱਲ ਪੈਂਦਾ। ਕਿੰਨਾ ਟੈਂਪਰੇਚਰ ਸੈੱਟ ਕੀਤਾ ਹੋਇਆ ਤੁਸੀਂ? ਇਹ 27 ਤੋਂ ਉੱਪਰ ਚੱਲਦੇ ਵੀ, ਜਦੋਂ 27 ਹੋ ਗਿਆ ਫੈਨ ਚੱਲ ਪੈਣਗੇ। ਇਹ ਦੂਸਰਾ ਹੈਗਾ ਕਿ ਇਹ ਤੁਹਾਡਾ ਇਹ ਜਿਹੜਾ ਹਿਊਮਿਡਿਟੀ ਵੀ ਦੇਖਦਾ ਹੈਗਾ, ਉਹ ਵੀ ਦੇਖਦਾ, ਉਹਦੇ ਨਾਲ ਵੀ ਤੁਹਾਡਾ ਇਹ ਚੱਲੂਗਾ, ਇਹ ਫਗਰ ਕਿ ਨਹੀਂ ਚੱਲੂਗਾ ਜਦੋਂ। ਜੀ ਜੀ ਜੀ। ਇਹ ਵੀ ਹੈਗਾ ਜਿੱਦਾਂ ਉਸੇ ਹਿਸਾਬ ਨਾਲ ਸਾਰਿਆਂ ਨਾਲ ਚੱਲਦਾ। ਇਹ ਜਿਹੜੀ ਸਾਰੀ ਮਸ਼ੀਨਰੀ ਆ ਸਵੀਡਨ ਬੇਸ ਕੰਪਨੀ ਆ ਦੀਲਵਾਲ। ਓਕੇ, ਉਹਨਾਂ ਦੀ ਲਾਈ ਹੋਈ ਆ ਦੀਲਵਾਲ ਦੇ, ਮੈਂ ਦੇਖ ਰਿਹਾ ਇਹਨਾਂ ਦੇ ਸਾਈਨ ਲੱਗੇ ਦੇਖ ਰਿਹਾ। ਟੋਟਲ ਪ੍ਰੋਜੈਕਟ ਉਹਨਾਂ ਦਾ ਹੀ ਆ ਸਾਰਾ, ਜਿੱਦਾਂ ਇਹ ਵੀ ਆ ਸਕ੍ਰੈਪਰ ਵੀ ਆ, ਸਲੈਰੀ ਪੰਪ ਵੀ ਆ, TMR ਵੀ ਆ, ਪਾਰਲਰ ਵੀ ਆ, BMC ਵਗੈਰਾ, ਮਤਲਬ 100% ਫੈਨ ਫੋਨ ਵਗੈਰਾ ਸਾਰੇ ਜਿਹੜੇ ਇਹ ਉਸੇ ਕੰਪਨੀ ਦੇ, ਉਸੇ ਕੰਪਨੀ ਦੇ। ਹਾਂਜੀ, ਉਸੇ ਕੰਪਨੀ ਦੇ। ਇਹ ਇਹਨਾਂ ਦੇ ਜਿਹੜਾ ਹੁਣ ਜਿਹੜਾ ਨੀਰਾ ਚਾਰਾ ਟਰੈਕਟਰ ਨਾਲ ਵਿਚਾਲਾ ਰਾਹ ਟਰੈਕਟਰ ਚੱਲਣ ਲਈ ਰੱਖਿਆ? ਹਾਂਜੀ, ਉਹਦੇ ਵਾਸਤੇ ਰੱਖਿਆ। ਹਾਂਜੀ। ਹਾਂ, ਤੇ
काफी चीजा सीखिया फिर थोड़ा जो चवाई का काम आ जिम्मे मैं न्यूजीलैंड का देखा सिटी मार देंगे थोड़ी वाली सारे जिदा फीड का भी लिखा हुआ की दिने की करना है अच्छा। फिर गेट खोलने पे जो गेट खोल देना फिर चले जाते हैं एक बार कि मेरे को 6x2 का आया 12 गाइया एक टाइम चो हो जाए पर मिनट पांच सात मिनट लग जाए एक ग्रुप में जो निकल जाता बाहर।